ਜਿਹਦਾ ਮਸਲਾ ਵਾ ਇੱਥੇ ਲਾਲੀ ਜੰਟ ਵਾ ਕਾਦਰ ਸ਼ਾਹ ਟਰੈਵਲ ਦੇ ਨਾਂ ਤੇ ਉਹ ਤੇ ਉਹਦੀ ਵਾਈਫ ਕੰਮ ਕਰਦੇ ਨੇ ਉਹਨੇ 5 ਲੱਖ ਰੁਪਏ ਲੈ ਕੇ ਸਾਡੇ ਚਾਰ ਮੁੰਡੇ ਮਲੇਸ਼ੀਆ ਫਸਾਏ ਆ ਜਿਹਦੇ ਵਿੱਚ ਮੌਜੂਦਾ ਇੱਕ ਇਹਦਾ ਭਰਾ ਵਾ ਇਸ ਮੁੰਡੇ ਦਾ 1 ਸਾਲ ਹੋ ਗਿਆ ਨਾ ਤੇ ਉਹਦਾ ਪਾਸਪੋਰਟ ਦੇਣ ਡਿਆ ਵਾ ਦੋ ਨੰਬਰ 'ਚ ਅਨਲੀਗਲ ਬੰਦਾ ਰਹਿ ਗਿਆ ਕੱਲ੍ਹ ਨੂੰ ਬੰਦਾ ਫੜਿਆ ਜਾਏ ਉਹਦਾ ਕੌਣ ਜ਼ਿੰਮੇਵਾਰ ਆ ਸਾਨੂੰ ਸਾਲ ਹੋ ਗਿਆ ਇਸ ਬੰਦੇ ਤਰਲੇ ਮਾਰਦੇ ਆ ਇਹਨੂੰ ਫੋਨ ਕਰਾ ਕੇ ਵੇਖ ਲਿਆ ਇਹਨੂੰ ਪੈਸੇ ਦੇ ਕੇ ਵੇਖ ਲਏ ਹੋਰ ਪੈਸੇ ਦੀ ਡਿਮਾਂਡ ਕੀਤੇ ਸੀ ਹੋਰ ਪੈਸੇ ਦਿੱਤੇ ਕਿ ਸਾਡਾ ਬੰਦੇ ਦਾ ਪਾਸਪੋਰਟ ਦੇ ਦੇ ਇਹ ਉੱਥੇ ਗਿਆ ਇਹਨੇ ਚੌਂ ਬੰਦਿਆਂ ਕੋਲ 500-500 ਰੁਪਈਆ ਉੱਧਰ ਦਾ ਰਿੰਗਟ ਉਹ ਲੈ ਕੇ ਵੀ ਆਪਣੇ ਇੰਡੀਆ ਵਾਪਸ ਆ ਗਏ ਪੂਰੀ ਯਾਸ਼ਪਿਸ਼ ਕਰਦੇ ਆ ਵਾ ਦਫ਼ਤਰ ਆਏ ਆ ਦਫ਼ਤਰ ਬੰਦ ਜੇ ਚਾਰ ਦਿਨ ਇਹਦੇ ਘਰ ਗਏ ਹਾਂ ਘਰ ਜਦੋਂ ਜਾਂਦੇ ਧਮਕੀਆਂ ਦਿੰਦਾ ਵਾ ਹੁਣ ਜਿਹੜਾ ਸਾਡਾ ਅਗਲਾ ਮਿਸ਼ਨ ਆ SSP ਸਭ ਕੁਝ ਚੱਲੇ ਆ ਨਾਲ ਹੀ ਤੇ ਪਰਚਾ ਦਰਜ ਕਰਾਵਾਂਗੇ ਇਹਦਾ ਘਰ ਦਾ ਘਰਾਓ ਵੀ ਕਰਾਂਗੇ ਲੱਖ ਰੁਪਈਆ ਬੰਦੇ ਤੇ ਇਹਨੇ ਕਾਫੀ ਭੇਜੇ ਆ ਮਤਲਬ ਸਾਡੇ ਨਹੀਂ ਹੋਰ ਵੀ ਜਿਹੜੇ ਮਤਲਬ ਹੋਰ ਪਿੰਡਾਂ ਦੇ ਬੰਦੇ ਵੀ ਜਿਹੜੇ ਵਾਪਸ ਆਏ ਆ ਉਹ ਵੀ ਸਾਡੇ ਨਾਲ ਸੰਪਰਕ ਕਰਦੇ ਨੇ ਪਰ ਜਿਹੜਾ ਇਹ ਮੁੰਡਾ ਵਾ ਇਹ ਨਾਲ ਮੌਜੂਦਾ ਉਹਦਾ ਭਰਾ ਸਕਾ ਜਿਹੜਾ ਉੱਥੇ ਮਲੇਸ਼ੀਆ ਫਸਿਆ ਵਾ ਜਿਹੜਾ ਮਲੇਸ਼ੀਆ ਫਸਿਆ ਉਹਦਾ ਨਾਮ ਕੀ ਆ ਉਹਦਾ ਨਾਮ ਆ ਸਰਬਜੀਤ ਸਿੰਘ ਕਲਾਨੌਰ ਤੋਂ ਜੀ ਕਿਹੜੇ ਕੰਮ ਦੇ ਭੇਜੇ ਉਹਨੂੰ ਭੇਜਿਆ ਤੇ ਇੱਥੋਂ ਹੈਗਾ ਸੀ ਸੋਸ਼ਲ ਕਾਰਡ ਤੇ ਉੱਥੇ ਜਾ ਕੇ ਬੰਦਾ 2 ਨੰਬਰ 'ਚ ਰਹਿਣ ਡਿਆ ਵਾ ਨਾ ਤੇ ਉਹਨੂੰ ਕੋਈ ਤਨਖਾਹ ਦੀ ਐਡੀ ਨਿਕਲਦੀ ਪਈ ਆ ਪੈਸੇ ਵੀ ਉਹਦੇ ਕੋਲ ਲੈ ਕੇ ਆ ਗਿਆ 500-500 ਰਿੰਗਟ ਉੱਧਰ ਦਾ ਤਾਂ ਧਮਕੀਆਂ ਵੱਖਰੀਆਂ ਦਵਾਉਣ ਡਿਆ ਜੇ ਤੂੰ ਮੈਨੂੰ ਮੇਰੇ ਘਰ ਗਿਆ ਜਾਂ ਤੇਰਾ ਕੋਈ ਜੀ ਗਿਆ ਤੇ ਮੈਂ ਤੈਨੂੰ ਉੱਥੇ ਫਸਾ ਦਾਂਗਾ ਜੇ ਕੱਲ ਨੂੰ ਸਾਡੇ ਬੰਦੇ ਨੂੰ ਕੋਈ ਅਭਿਨਵੀ ਹੁੰਦੀ ਆ ਜਾਂ ਕੋਈ ਉੱਥੇ ਕਾਰਵਾਈ ਕਰਦਾ ਵਾ ਇਹਦਾ ਜ਼ਿੰਮੇਵਾਰ ਲਾਲੀ ਤੇ ਲਾਲੀ ਦੇ ਘਰ ਦੀ ਹੋਣਗੇ ਕਿੰਨੀ ਦੇਰ ਪਹਿਲੇ ਭੇਜਿਆ ਇਹਨੂੰ ਇਹਨੂੰ ਸਾਲ ਹੋ ਚਲਾ ਭਾਜੀ ਉਹਦੇ ਤੋਂ ਬਾਅਦ ਉਸਨੇ ਦੱਸਿਆ ਕੁਝ ਲੜਕੇ ਨੇ ਕਿ ਮੈਨੂੰ ਇਹਨਾਂ ਨੇ ਕਿੱਥੇ ਜਾ ਕੇ ਲੜਕਾ ਇੰਨਾ ਡਿਪਰੈਸ਼ਨ ਵਿੱਚ ਆ ਤੁਸੀਂ ਪੁੱਛੋ ਹੀ ਨਾ ਉਹ ਤੇ ਕਮਰੇ 'ਚੋਂ ਬਾਹਰ ਨਹੀਂ ਨਿਕਲਦਾ ਜਦੋਂ ਬਾਹਰ ਨਿਕਲਦਾ ਉੱਥੇ ਇਮੀਗ੍ਰੇਸ਼ਨ ਪੈਣ ਦਾ ਡਰ ਹੁੰਦਾ ਜੀ ਪਾਸਪੋਰਟ ਵੀ ਖੋ ਗਏ ਨੇ ਅਗਲੇ ਬੰਨੇ ਗਿਰਵੀ ਰੱਖੇ ਹੋਏ ਨੇ ਭਾਜੀ ਫੋਨ ਚੱਕਦਾ ਹੀ ਨਹੀਂ ਜਦੋਂ ਅਸੀਂ ਘਰ ਜਾਂਦੇ ਤਾਂ ਧਮਕੀਆਂ ਦਿੰਦਾ ਵਾ ਹੁਣ ਅਸੀਂ ਦਫ਼ਤਰ ਆਏ ਹਾਂ ਘਰ ਦੇ ਸਾਰਾ ਪਰਿਵਾਰ ਉਹਨਾਂ ਦਾ ਆਇਆ ਵਾ ਸਾਡੇ ਇਲਾਕੇ ਦੇ ਮੋਹਦਰ ਬੰਦੇ ਆਏ ਨੇ ਹੁਣ ਇਹਨੇ ਦਫ਼ਤਰ ਦਾ ਤਾਲਾ ਵੱਜਾ ਜੇ ਦੇਖ ਲਓ ਉਹ ਸਾਡਾ ਰਿਸ਼ਤੇਦਾਰ ਆ ਜੀ ਸਾਡੀ ਰੋਜ਼ ਗੱਲ ਹੁੰਦੀ ਆ ਉਹ ਬੱਚਾ ਰੋ ਰਿਹਾ ਵਾ ਹਾਂਜੀ ਸਰ ਦੱਸ ਦਿਓ ਕੀ ਨਾਂ ਤੁਹਾਡਾ ਤੇ ਜਿਹੜਾ ਟਰੈਵਲ ਏਜੰਸੀ ਖੋਲ੍ਹੀ ਹੈ ਕਿਸ ਦੇ ਨਾਂ ਤੇ ਖੋਲ੍ਹੀ ਹੋਈ ਆ ਹਾਂਜੀ ਸਰ ਜੀ ਮੇਰਾ ਨਾਂ ਰਮਨ ਮਲਹੋਤਰਾ ਵਾ ਤੇ ਜਿਹੜੀ ਮੇਰੀ ਟਰੈਵਲ ਏਜੰਸੀ ਆ ਇਹ KS ਟਰੈਵਲ ਦੇ ਨਾਮ ਤੋਂ ਆ ਪਿਛਲੇ 6 ਸਾਲ ਤੋਂ ਅਸੀਂ ਇਹਨੂੰ ਰਨ ਕਰ ਰਹੇ ਹਾਂ ਜਿਹਦੇ ਵਿੱਚ ਲਾਇਸੈਂਸ ਮੇਰੀ ਮਿਸਿਸ ਦੇ ਨੇਮ ਤੇ ਆ ਤੇ ਸਾਡਾ ਵਿਦ ਪਾਰਟਨਰ ਨਰੇਸ਼ ਮਾਜਾ ਸਰ ਕੱਲ੍ਹ ਕੁਛ ਨੌਜਵਾਨਾਂ ਵੱਲੋਂ ਤੁਹਾਡੇ ਏਜੰਸੀ ਦੇ ਸਾਹਮਣੇ ਆ ਕੇ ਸਰ ਉਹਨਾਂ ਨੇ ਦੋਸ਼ ਲਗਾਏ ਨੇ ਕਿ ਸਾਡੇ ਇੱਥੇ ਕੁਛ ਬੰਦੇ ਜਿਹੜੇ ਬਾਹਰ ਗਏ ਸੀ ਜਿਹਦੇ ਵਿੱਚੋਂ ਇੱਕ ਨੌਜਵਾਨ ਆ ਜਿਹਦਾ ਨਾਮ ਸਰਬਜੀਤ ਸਿੰਘ ਆ ਜਾਂ ਬਲਜੀਤ ਸਿੰਘ ਆ ਉਹ ਜਿਹੜਾ ਉੱਥੇ ਫਸ ਗਿਆ ਵਾ ਉਹ ਆਪਣੇ ਪੇਰੈਂਟਸ ਨੂੰ ਵਾਰ ਵਾਰ ਕਹਿ ਰਿਹਾ ਕਿ ਮੈਨੂੰ ਜਿਹੜਾ ਇੱਥੋਂ ਜਿਹੜਾ ਮਲੇਸ਼ੀਆ ਦੇ ਵਿੱਚੋਂ ਜਿਹੜਾ ਕਢਾਓ ਅਤੇ ਮੇਰਾ ਪਾਸਪੋਰਟ ਜਿਹੜਾ ਉਹ ਇਹਨਾਂ ਨੇ ਜਿਹੜਾ ਇੱਥੇ ਜ਼ਬਤ ਕੀਤਾ ਹੋਇਆ ਹਾਂਜੀ ਸਰ ਮੈਂ ਉਹਦੇ ਬਾਰੇ ਦੱਸਣਾ ਚਾਹੇਗਾ ਕਿ ਉਹ ਸਰਬਜੀਤ ਨੂੰ ਤਾਂ ਅਸੀਂ ਡਾਇਰੈਕਟਲੀ ਜਾਣਦੇ ਨਹੀਂ ਆ ਠੀਕ ਹੈ ਜੀ ਸਿੱਧੂ ਟਰੈਵਲ ਆ ਜਿਹੜਾ ਉਹ ਸਾਡੇ ਨਾਲ ਕੰਮ ਕਰਦਾ ਸੀਗਾ ਅੱਜ ਕੱਲ੍ਹ ਉਹ ਕਿਉਂਕਿ ਉਹ ਇੱਕ ਲਾਇਸੈਂਸ ਤੇ ਮੇਬੀ ਕੋਈ 3-4 ਦੁਕਾਨਾਂ ਖੋਲੀਆਂ ਹੋਈਆਂ ਸੀਗੀਆਂ ਉਹਨਾਂ ਨੇ ਵੱਖ ਵੱਖ ਜਗ੍ਹਾ 'ਤੇ ਕਲਾਨੌਰ 'ਚ ਆਪਣੇ ਕੋਟਲੀ 'ਚ ਇੱਕੋ ਲਾਇਸੈਂਸ 'ਤੇ ਠੀਕ ਹੈ ਜੀ ਅਤੇ ਉਹ ਵਾਰ ਵਾਰ ਜਗ੍ਹਾ ਤੋਂ ਉਹਨਾਂ ਦੇ ਬੰਦੇ ਵੀ ਜ਼ਿਆਦਾ ਆਉਂਦੇ ਸੀਗੇ ਉਹ ਬੰਦਿਆਂ ਕੋਲ ਅੱਧੇ ਪੈਸੇ ਦੀ ਪ੍ਰੋਫਿਟ ਸਾਡੇ ਕੋਲ ਕਮਾ ਰਹੇ ਸੀਗੇ ਜਿਵੇਂ ਕੋਈ ਅੱਧੇ ਪੈਸੇ ਅਸੀਂ ਲੈ ਰਹੇ ਸੀਗੇ ਅੱਧੇ ਤੋਂ ਵੱਧ ਪ੍ਰੋਫਿਟ ਉਹ ਕਰ ਰਹੇ ਸੀਗੇ ਅਤੇ ਉਸੇ ਵਜ੍ਹਾ ਤੋਂ ਹੀ ਉੱਥੇ ਜਾ ਕੇ ਬੰਦੇ ਖਰਾਬ ਹੋ ਰਹੇ ਆ ਕਿਉਂਕਿ ਬੰਦਿਆਂ ਨੂੰ ਲੱਗਦਾ ਕਿ ਅਸੀਂ ਬਹੁਤ ਜ਼ਿਆਦਾ ਪੈਸੇ ਦੇ ਕੇ ਆ ਗਏ ਹਾਂ ਠੀਕ ਹੈ ਬਾਕੀ ਗੱਲ ਪਾਸਪੋਰਟ ਦੀ ਆ ਪਾਸਪੋਰਟ ਉਹ ਬੰਦੇ ਜਿਹੜੇ ਨੇ ਉੱਥੇ ਕੰਪਨੀ ਵਿੱਚ ਦਿੱਤਾ ਵਾ ਉਹ ਕੰਪਨੀ ਇਹ ਗੱਲ ਨੂੰ ਮੰਨ ਹੀ ਨਹੀਂ ਰਹੀ ਕਿ ਸਾਡੇ ਕੋਲ ਪਾਸਪੋਰਟ ਆਇਆ ਉਹ ਬੰਦੇ ਨੇ ਪਾਸਪੋਰਟ ਉਹ ਚਾਹੀਦੇ ਉਹਦੇ ਕੋਲ ਚੋਰੀ ਹੋ ਗਿਆ ਚਾਹੀਦੇ ਪਾਸਪੋਰਟ ਉਹਨੇ ਕੁਝ ਵੀ ਕੀਤਾ ਉਹ ਬੰਦਾ ਕਹਿਣ ਦੇ ਸੁਣ ਦੇ ਮੁਤਾਬਕ ਆ ਕਿ ਹਾਂ ਵੀ ਬੰਦਾ ਨਸ਼ਾ ਕਰਦਾ ਜਾਂ ਕਿੱਦਾਂ ਕਿਉਂਕਿ ਅਸੀਂ ਪੱਕਾ ਸ਼ੋਰਲੀ ਨਹੀਂ ਕਹਿ ਸਕਦੇ ਉੱਥੇ ਮੁੰਡਿਆਂ ਦੇ ਕਹਿਣ ਦੇ ਮੁਤਾਬਕ ਆ ਕਿ ਹਾਂ ਵੀ ਉਹ ਜਿਹੜੀ ਕੰਪਨੀ 'ਚ ਲਵਾਇਆ ਸੀਗਾ ਅਗਲੇ ਦਿਨ ਹੀ ਉੱਥੋਂ ਭੱਜ ਗਿਆ ਸੀਗਾ ਹੁਣ ਪਤਾ ਨਹੀਂ ਉਹਨੇ ਕਿਸੇ ਯਾਰ ਦੋਸਤ ਨੂੰ ਦੇ ਦਿੱਤਾ ਜਾਂ ਉੱਥੇ ਕਿਸੇ ਏਜੰਟ ਨੂੰ ਦੇ ਦਿੱਤਾ ਪਾਸਪੋਰਟ ਜੋ ਕਿ ਪਾਸਪੋਰਟ ਨਹੀਂ ਵਾਪਸ ਮਿਲ ਰਿਹਾ ਪਰ ਸਾਡਾ ਕੰਮ ਆ ਕੰਪਨੀ ਕੋਲ ਲੈ ਕੇ ਦੇਣਾ ਪਰ ਕੰਪਨੀ ਇਹ ਚੀਜ਼ ਨੂੰ ਅਸੀਂ ਪ੍ਰੂਫ ਕਰ ਸਕਦੇ ਹਾਂ ਕੰਪਨੀ ਕਹਿੰਦੀ ਕਿ ਸਾਡੇ ਕੋਲ ਕੋਈ ਰਿਕਾਰਡ ਵਿੱਚ ਇਹਦਾ ਪਾਸਪੋਰਟ ਨਹੀਂ ਆਇਆ ਸਰ ਇੱਕ ਹੋਰ ਇਹਨਾਂ ਵੱਲੋਂ ਗੱਲ ਕੀਤੀ ਜਾ ਰਹੀ ਆ ਕਿ ਜਿਹੜੇ ਬੰਦੇ ਇਹਨਾਂ ਨੇ ਬਾਹਰ ਭੇਜੇ ਆ ਜਾਂ ਜਿਹੜੇ ਵਾਪਸ ਆ ਗਏ ਆ ਉਹ ਸਾਰਿਆਂ ਦੀ ਲਿਸਟ ਇਹਨਾਂ ਕੋਲ ਵੀ ਹੋਏਗੀ ਤੇ ਉਹਨਾਂ ਸਾਰਿਆਂ ਨੂੰ ਸੱਦ ਕੇ ਤੇ ਇੱਥੇ ਡਿਬੇਟ ਕਰਵਾਈ ਜਾਏ ਸਰ ਜੀ ਉਹ ਸੱਦ ਸਕਦੇ ਆ ਕਿਉਂਕਿ ਸਾਡੇ ਕੋਲ ਜਿਹੜੇ ਬੰਦੇ ਨਾਲ ਕੋਈ ਗਲਤ ਹੁੰਦਾ ਉਹ ਆਲਰੇਡੀ ਆਊਗਾ ਉਹ ਕਿਉਂ ਨਹੀਂ ਆਊਗਾ ਤੇ ਬਾਕੀ ਅਸੀਂ 6 ਸਾਲ ਤੋਂ ਕੰਮ ਕਰ ਰਹੇ ਹਾਂ ਮਾਰਕੀਟ ਨੂੰ ਵੀ ਪਤਾ ਹਰ ਇੱਕ ਬੰਦੇ ਨੂੰ ਸਾਡਾ ਪਤਾ ਠੀਕ ਹੈ ਜੀ ਕਿ ਅਸੀਂ ਕਿੱਦਾਂ ਦਾ ਕੰਮ ਕਰਦੇ ਹਾਂ ਤੇ ਕਿੰਨਾ ਕੁ ਗਲਤ ਕਰਦੇ ਹਾਂ
दोष लगाया कि इन्होंने 400 का पर्चा वा। सर जी 420 के परचे मैं पहला भी दस चुका वा कि एक चीज़ में साबित कर दे कि 420 का परचा हैगा वा कि नहीं हैगा। असं ये चीज़ में कहने कि हाँ तो कोई यहोजा कोई परचा नहीं है। बाकी मैं पहला भी ये गलों दोहरा चुका कि कभी भी कोई बंद ने कोई घरेलू काम वास्ते या कोई होर काम वास्ते जो कोई पुलिस इंक्वायरी करती है तो वह यह मतलब नहीं कि वह बंदा दोषी है। वह यह मतलब कि वह दोष लाभ रहा जिदन कोई दोष साबित हो जाएगा 420 का तो फिर असं उस चीज़ को कहेंगे ना कि हाँ भी आ तो फिर उस वे बंदा अंदर होगा ना।